ਭਾਈ ਜਾਨ ਆ ਜਾ ਕੋਈ ਹਾਂ ਤੁਸੀਂ ਵੀ ਆ ਤਾਂ ਕੀ ਬਾ ਤੁਸੀਂ ਲੰਗਰ ਖਾਦਾ ਨਾ ਮੈਂ ਕਿ ਤੁਹਾਡੇ ਤੇ ਗੱਲ ਨਹੀਂ ਹੋਣ ਦਾ ਸ਼ਹਿਰਿਆਲ ਇਮਰਾਨ ਸ਼ਹਿਨਸ਼ਾਹ ਖਿਤਾਬਤ ਜਨਾਬ ਰਾਏ ਅਲੀ ਇਮਰਾਨ ਸਾਹਿਬ ਆਫ ਲਾਹੌਰ ਜ਼ਿਕਰ ਮੁਹੰਮਦ ਓ ਆਲੇ ਮੁਹੰਮਦ ਬਿਆਨ ਫਰਮਾਏਂਗੇ ਔਰ ਉਨਕੇ ਬਾਅਦ ਨਫੀਸੁਲ ਜ਼ਾਕਰੀਨ ਕਾਰੀ ਕਸਾਇਦ ਸ਼ਹਿਨਸ਼ਾਹ ਮੁਸਾਹਿਬ ਜਨਾਬ ਮਲਕ ਸ਼ਫਕਤ ਰਜ਼ਾ ਸ਼ਫਕਤ ਸਾਹਿਬ ਜ਼ਿਕਰ ਮੁਹੰਮਦ ਓ ਆਲੇ ਮੁਹੰਮਦ ਬਿਆਨ ਫਰਮਾਏਂਗੇ ਜਨਾਬ ਕਿਬਲਾ ਮੌਲਾਨਾ ਗੁਲਫਾਮ ਹੁਸੈਨ ਹਾਸ਼ਮੀ ਸਾਹਿਬ ਵੋ ਤਸ਼ਰੀਫ ਲਾ ਚੁੱਕੇ ਹੈ ਇਨਸ਼ਾਅੱਲਾ ਆਪਣੇ ਟਾਈਮ ਪੇ ਜ਼ਿਕਰ ਮੁਹੰਮਦ ਓ ਆਲੇ ਮੁਹੰਮਦ ਬਿਆਨ ਫਰਮਾਏਂਗੇ ਔਰ ਕਾਰੀ ਕਸਾਇਦ ਜਨਾਬ ਵਕਾਰ ਅਲੀ ਆਰਫ ਆਫ ਵਣੀ ਕੇ ਤਾਰਟ ਵੋ ਵੀ ਤਸ਼ਰੀਫ ਫਰਮਾਏ ਵੋ ਵੀ ਜ਼ਿਕਰ ਮੁਹੰਮਦ ਓ ਆਲੇ ਮੁਹੰਮਦ ਬਿਆਨ ਫਰਮਾਏਂਗੇ ਸ਼ਹਿਰ ਆਲ ਇਮਰਾਨ ਜਨਾਬ ਰਾਏ ਅਲੀ ਇਮਰਾਨ ਸਾਹਿਬ ਆਫ ਲਾਹੌਰ ਸਾਰਿਆਂ ਦਾ ਵਜਨ ਫਿਕਰ ਨਾ ਕਰੋ ਦਰੂਦ ਪੜੇ ਬਾਬਾ ਜੀ ਬੁਲੰਦ ਠੀਕ ਹੈ ਯਕੀਨਨ ਮਾਂ ਕੀ ਆਗੋਸ਼ ਸੇ ਆਦਾਬੇ ਦਰੂਦ ਮਿਲ ਜਾਤੇ ਹੈ ਇਸ ਅੰਦਾਜ਼ ਸੇ ਪੜੋ ਕਿ ਕੁਛ ਕਹਿਨੇ ਕੋ ਜੀ ਚਾਹੇ ਦੂਰ ਬਣੇ ਆਬਾਦ ਸ਼ਾਦ ਰਹੋ ਇੱਜ਼ਤ ਵਾਲੇ ਦਰਬਾਰ ਮੇਂ ਜਿਤਨੇ ਆਏ ਹੋ ਹੁਸੈਨ ਕੀ ਕਰੀਮ ਮਾਂ ਕਿਸੀ ਕੋ ਖਾਲੀ ਦਾਮਨ ਨਾ ਜਾਣੇ ਦੇ ਬਾਨੀਆਂ ਨੇ ਮਜਲਿਸ ਯਕੀਨਨ ਬਾਨੀ ਕੀ ਹੈਸੀਅਤ ਹੈ ਹਮਾਰੀ ਮੇਂ ਭਾਈ ਕੀ ਮਾਲਕ ਜ਼ੁਬਾਨ ਮੇਂ ਤਾਸੀਰ ਅਤਾ ਫਰਮਾਏ ਕਰਬਲਾ ਕੀ ਬਾਤ ਹੋ ਰਹੀ ਥੀ ਇਸੀ ਪੇ ਛੇ ਮਿਸਰੇ ਸੁਣ ਲੋ ਔਰ ਭਾਈ ਕੇ ਹਵਾਲੇ ਮੈਂਬਰ ਲੇਕਿਨ ਇੱਕ ਅਪੀਲ ਕਰਤਾ ਰਹਿਤਾ ਹੂੰ ਕਿ ਹਰ ਹਾਥ ਅਲੀ ਕੋ ਸਲਾਮ ਨਹੀਂ ਕਰ ਸਕਤਾ ਹਰ ਹਾਥ ਕੀ ਲਕੀਰੋਂ ਮੇਂ ਕਾਬੇ ਕੀ ਦੀਵਾਰ ਮੇਂ ਪੜੀ ਹੋਈ ਲਕੀਰ ਕੋ ਸਲਾਮ ਕਰ ਲੈਣਾ ਨਹੀਂ ਲਿਖਾ ਹੋਤਾ ਉਸੀ ਇੱਜ਼ਤਦਾਰ ਕਾ ਹਾਥ ਮੁਹੱਬਤ ਅਲੀ ਮੇਂ ਉੱਠਤਾ ਹੈ ਕਿ ਜਿਸੇ ਯਕੀਨ ਹੋ ਕਿ ਜੋ ਸੂਰਜ ਕੀ ਪਹਿਲੀ ਕਿਰਨ ਕੋ ਫੂਲ ਕੇ ਰੁਖਸਾਰ ਪੇ ਪੜੀ ਹੋਈ ਸ਼ਬਨਮ ਕੋ ਪੀਨੇ ਕਾ ਹੁਕਮ ਦੇ ਉਸੇ ਅਲੀ ਕਹਾ ਜਾਤਾ ਸਲਾਮ ਹੈ ਉਸ ਹਾਥ ਕੋ ਜੋ ਅਲੀ ਕੀ ਮੁਹੱਬਤ ਮੇਂ ਉੱਠਾ ਹੈ ਮੈਂ ਆਪਣੇ ਅਕੀਦੇ ਕੀ ਬਾਤ ਕਰਨੇ ਲੱਗਾ ਹੂੰ ਤਬੀਅਤ ਬਣ ਜਾਏ ਤੋ ਇਸੇ ਹਮ ਅਕੀਦਾ ਸਮਝ ਲੈਣਾ ਵਰਨਾ ਮੇਰੇ ਲਈ ਬਾਤ ਹੈ ਮੇਰੇ ਆਪਣੀ ਜ਼ਾਤ ਕੇ ਲਈ ਇਹ ਬਾਤ ਹੈ ਜੋ ਕਰਨੇ ਲੱਗਾ ਹੂੰ ਤਵੱਜੋ ਹੈ ਪਿੱਛੇ ਵਾਲੋਂ ਕੋ ਜੋ ਸਰ ਹਿਲਾ ਰਹੇ ਹਾਥ ਕੇ ਹੋਤੇ ਹੋਏ ਵੀ ਮੇਰਾ ਅਕੀਦਾ ਹੈ ਕਿ ਉਸ ਬਦਨ ਕੋ ਕੇ ਸਾਥ ਹਾਥ ਕੋ ਹੋਣਾ ਹੀ ਨਹੀਂ ਚਾਹੀਏ ਜੋ ਦਿਨ ਮੇਂ ਤੀਨ ਬਾਰ ਰੋਟੀ ਵੀ ਅਲੀ ਸੇ ਮਾਂਗੇ ਔਰ ਅਲੀ ਕੇ ਫਜ਼ਾਇਲ ਪੇ ਬੁਲੰਦੀ ਨਾ ਹੋ ਸਕੇ ਉਸ ਹਾਥ ਕੀ ਹਮੇ ਕਿਉਂ ਜ਼ਰੂਰਤ ਹੈ ਲੋ ਬਿਲਕੁਲ ਹਵਾ ਕੇ ਝੋਂਕੇ ਕੀ ਤਰ੍ਹਾਂ ਮੇਰੇ ਬਾਅਦ ਜੋ ਸ਼ਖਸੀਅਤ ਤਸ਼ਰੀਫ ਫਰਮਾ ਹੈ ਬੜੇ ਘਰਾਨੇ ਕੀ ਸ਼ਖਸੀਅਤ ਤਸ਼ਰੀਫ ਫਰਮਾ ਹੈ ਇਨਕੇ ਹਵਾਲੇ ਮੈਂਬਰ ਕਰੂੰਗਾ ਹੱਕ ਕਾ ਰਸਤਾ ਵਹੀ ਸ਼ਬੀਰ ਬਤਾ ਸਕਤਾ ਹੈ ਮਿਹਰਬਾਨੀ ਕਰਨੀ ਹੈ ਜਿਸੇ ਸਮਝ ਆਏਗੀ ਨਾ ਉਹ ਬਸ ਹਾਥ ਉਠਾਏਗਾ ਦੋ ਸਾਲ ਕਾ ਰਿਜ਼ਕ ਹੀ ਲੈਣਾ ਹੈ ਨਾ ਉਸਨੇ ਅਲੀ ਪੇ ਤੋ ਅਹਿਸਾਨ ਨਹੀਂ ਕਰਨਾ ਆਪਣਾ ਖਾਇਆ ਹੋਇਆ ਹਲਾਲ ਕਰਨਾ ਹੱਕ ਕਾ ਰਸਤਾ ਵਹੀ ਸ਼ਬੀਰ ਬਤਾ ਸਕਤਾ ਹੈ ਮਾਂ ਕੀ ਚਾਦਰ ਮੇਂ ਜੋ ਤੌਹੀਦ ਛੁਪਾ ਸਕਤਾ ਹੈ ਔਰ ਸਲਾਮ ਹੈ ਅਕੀਦੋਂ ਕੋ ਮੇਰਾ ਸਲਾਮ ਹੈ ਹੱਕ ਕਾ ਰਸਤਾ ਵਹੀ ਬੰਦਾ ਚੁੱਪ ਰਹਿਤਾ ਅੰਦਰ ਸੇ ਮੁਹੱਬਤ ਆਇਮਾ ਬੋਲਤੀ ਹੈ ਅਕੀਦਾ ਜਿਤਨਾ ਹੋਣਾ ਵਹੀ ਬੋਲਤਾ ਹੈ ਬੰਦੇ ਕਾ ਹੱਕ ਕਾ ਰਸਤਾ ਪੀਰ ਤਕੀਸ਼ਾ ਜੀ ਵਹੀ ਸ਼ਬੀਰ ਬਤਾ ਸਕਤਾ ਹੈ ਮਾਂ ਕੀ ਚਾਦਰ ਮੇਂ ਜੋ ਤੌਹੀਦ ਛੁਪਾ ਸਕਤਾ ਹੈ ਵੋ ਬੰਦਾ ਜੋ ਸ਼ੀਆ ਘਰ ਮੇਂ ਪੈਦਾ ਹੁਆ ਉਸਕੀ ਮਿੰਨਤ ਕਿਉਂ ਕਰੂੰਗਾ ਉਸਕਾ ਹਾਥ ਹੀ ਹੁਸੈਨ ਕੀ ਸਲਾਮੀ ਕੇ ਲੀਏ ਬਣਾ ਹੈ ਮਾਂ ਕੀ ਚਾਦਰ ਮੇਂ ਜੋ ਤੌਹੀਦ ਛੁਪਾ ਸਕਤਾ ਹੈ ਔਰ ਕੌਣ ਕਹਿਤਾ ਹੈ ਖੁਦਾ ਦਹਰ ਮੇਂ ਦਿਖਤਾ ਹੀ ਨਹੀਂ ਕਰਬਲਾ ਆਓ ਤੋ ਸ਼ਬੀਰ ਦਿਖਾ ਸਕਤਾ ਕਿਆ ਬਾਤ ਹੈ ਆਪ ਅੱਲਾ ਸਲਾਮ ਹੈ ਕਿਆ ਬਾਤ ਹੈ ਆਪਕੀ ਯਾਰ ਇਹ ਆਪਕੀ ਸਮਾਤ ਕੋ ਮੇਰਾ ਸਲਾਮ ਹੈ ਇਹ ਹਕੀਕਤ ਬਾਤ ਹੈ ਇਹ ਆਪਕਾ ਮਯਾਰ ਹੈ ਭਾਈ ਜੀ ਲੋ ਇੰਤਜ਼ਾਰ ਨਹੀਂ ਕੋਈ ਇੱਕ ਲਮਹੇ ਕੀ ਬਾਤ ਹੈ ਭਾਈ ਕੇ ਹਵਾਲੇ ਮੈਂਬਰ ਕਰੂੰਗਾ ਫਿਰ ਜ਼ਿੰਦਗੀ ਬਾਕੀ ਮੁਲਾਕਾਤ ਬਾਕੀ ਕੁਛ ਬੰਦੇ ਇਸ ਲਈ ਵੀ ਚੁੱਪ ਰਹਿਤੇ ਬਾਤ ਸਮਝ ਹੀ ਨਹੀਂ ਆਤੀ ਉਸਕਾ ਕਸੂਰ ਵੀ ਕੋਈ ਨਹੀਂ ਲੇਕਿਨ ਇੱਕ ਮਸ਼ਵਰਾ ਦੂੰ ਅਗਰ ਦਿਲ ਮਾਨੇ ਤੋ ਨੌਕਰ ਸਮਝ ਕੇ ਮਾਨ ਲੈਣਾ ਮੇਰੀ ਹੈਸੀਅਤ ਆਪਕੀ ਜੁੱਤੀਆਂ ਬਰਾਬਰ ਨਹੀਂ ਜਬ ਫਰਸ਼ੀ ਅਜ਼ਾਬ ਪੇ ਬੈਠੋ ਨਾ
बात ना भी समझ आए तो हाथ उठा दिया कर, अली रोटी रख ही देता है। हाँ ये मेयार है। अब फेसबुक का दौर है तो तवज्जो है भाई जनाब की, लो जिस मेयार पे हो उसी पर रहना। इन्हीं चार मिसरों पे मैं भाई के हवाले मेंबर करूंगा, फिर आपकी दुआओं में आगे सफर। पीर तकी शाह जी वेखना मेरे पास है, क्या जन्नत का माहौल है और मेरा मुकद्दर ऐसे अजादारों को मैं पहली बार सबक सुनाने के लिए आया हूँ। फेसबुक का दौर है और खबर जल्दी बंदे तक पहुंच जाती है, तवज्जो है आपकी। आजकल कुछ बंदों को ना परेशानी हो गई है कि जब भी देखो बॉर्डर पे इन शियों के रश हैं, सारा साल कभी 10,000 शिया, कभी 20,000, तो कभी वजीर आजम के नाम खबरें आती, तो उस बंदे को बड़ी परेशानी हुई। उसने कहा यार हद हो गई, पूरा साल जब भी देखो बॉर्डर पे इन शियों का रश है, इनका मौसम ही नहीं पूरा साल करबला। बोलो ना यार, जब आ ही गए हो, अपनी मर्जी से आए हो ना, तो मेहरबानी किया करो, थोड़ा थोड़ा बोला करो ताकि ये रिस्क हलाल हो जाता है। वैसे तो अली देते ही रहते हैं ना, तो इजहार हो जाता है, तवज्जो रखना। और मैं इन्हीं चार मिसरों को घंटा भी पढ़ता तो बात यही थी, लेकिन आपकी अमानत है। उन्होंने कहा जी हद हो गई, इनका मौसम ही कोई नहीं। तवज्जो है बाज। अच्छा बुजुर्ग चुप भी रहे तो जितने जवान हैं, जिन्हें अलम से जवानी मिली है। बिस्मिल्लाह। सारा साल करबला, ये आखिर करबला में है क्या? इनका कोई मौसम ही नहीं। इतनी बार तो लोग अल्लाह के घर नहीं जाते जितनी बार ये करबला। अब मैं नहीं जानता हूं किसके दिल पे ये बात लिखी जाती है, और यकीनन सारे खरीदार बैठे हैं, मेरी पढ़ाई में कमी है, लेकिन आपकी समात में नहीं। दामन फैलाना और देखना मेरे पास, इजाजत है भाई जन? थोड़ी बिस्मिल्लाह। खैर दी खबर है, खैर मेहरबानी की है, बड़ी मेहरबानी, एहसान किया है तुसे। ये TCS तो भी तेज है, तवज्जो है, देखना मेरे पास। मैं नतीजा इतना बड़ा देने लगा, हर बंदा नौकर समझ के मेरे हक में दुआ भी करेगा और हुसैन को सलाम भी करेगा। उसने कहा सारा साल आखिर ये करबला में है क्या? इतनी बार तो लोग अल्लाह के घर में नहीं जाते जितनी बार ये हुसैन को सलाम करने चले जाते हैं। मैंने कहा जाहिल तुझे पता ही नहीं, जिंदगी शब्बीर पे कुर्बान होनी चाहिए। अब जिसकी होनी चाहिए वो बोले दूसरे को छुट्टी है, जिंदगी शब्बीर पे कुर्बान होनी चाहिए और कब्र की मंजिल जरा आसान होनी चाहिए। कब्र की मातमी का हाथ उठ ही जाता है, कब्र की मंजिल जरा आसान होनी चाहिए। ओ करबला मरने से पहले जा रहे हैं इसलिए, अरे किबरिया से जान और पहचान होनी चाहिए। सारे मिलके हैदरी। माशाल्लाह, ये थे जनाब अलामा सैयद आकर रजा जैदी ऑफ लाहौर, अली इमरान, अली इमरान, बिस्मिल्लाह अली इमरान। अब ज़ेब मिंबर हैं जाकिर खुश अलहान कारीउल कसैद नफीसुल ज़ाकिरीन वाजिबुल एहतराम जनाब जाकिर शफकत रजा शफकत ऑफ लाहौर। इनकी आमद से पहले एक रुबाई आपकी आपके गोश गुजार कर दूं कि जो फूल दस्ते अदू हो उसे ना खार कहो, नहायत तवज्जो, जो फूल दस्ते अदू हो उसे ना खार कहो, करे जो दुश्मनी तुझसे उसे ना यार कहो। निफाक बुख्ज तकबर ये तीनें लानती हैं, मजा तो तब है कि तीनों पे बेशुमार कहो। अब ज़ेबे मिंबर हैं कारीउल कसैद वाजिबुल एहतराम नफीसुल ज़ाकिरीन जनाब ज़ाकिर शफकत रजा शफकत ऑफ लाहौर।